ਭੇਦ ਲਵੇਗਾ ਤੇ ਤਾਂ ਕੀ ਹੋਇਆ ਜੇ ਅਸੀਂ ਚਾਹੀਏ ਤੇ ਕਿ ਛੜਵੇਂ ਚ ਸਾਰਿਆਂ ਨੂੰ ਮੌਤ ਦੀ ਨੀਂਦ ਸਵਾ ਸਕਦੇ ਹਾਂ ਜੋ ਮਾਲ ਕੀ ਕਾਬਲ ਸਾਰੀ ਸੋ ਨਾਲ ਹੀ ਮਹਾਰਾਜ ਟੁੱਟ ਪਏ ਬਖਸ਼ਿਸ਼ ਵਿੱਚ ਕਰਨ ਲੱਗ ਪਏ ਬਖਸ਼ਾ ਮਹਾਰਾਜ ਜੀ ਕਹਿਣ ਲੱਗੇ ਇਹਨੂੰ ਅਸੀਂ ਕਾਬਲ ਦੀ ਜਿਹੜੀ ਹੈ ਸੂਬੇਦਾਰੀ ਬਖਸ਼ਿਸ਼ ਕਰ ਦਿੱਤੀ ਹੈ ਇੱਕ ਵਾਰੀ ਆਖੀ ਸਤਨਾ ਸ੍ਰੀ ਮਹਾਰਾਜ ਇੱਕ ਪਾਸੇ ਕਾਬਲ ਦਾ ਸੂਬੇਦਾਰ ਦੁਨੀਆ ਮਾਲ ਕੇ ਵੀ ਆਉਂਦਾ ਗੁਰੂ ਜੀ ਸ਼ਰਨ ਵਿੱਚ ਆ ਗਿਆ ਮਹਾਰਾਜ ਤੁਹਾਡਾ ਹੀ ਆ ਤੁਹਾਡੇ ਬਿਨਾਂ ਕੋਈ ਨਹੀਂ ਤੇ ਸਤਿਗੁਰਾਂ ਨੇ ਸਿਰ ਤੇ ਪੱਗ ਬਣਾਈ ਇੱਜ਼ਤ ਦਿੱਤੀ ਨਾਲੇ ਮਹਾਰਾਜ ਕਹਿੰਦੇ ਇਹ ਹੁਣ ਦੂਤ ਨਹੀਂ ਰਹਿ ਗਿਆ ਇਹ ਕਾਬਲ ਦਾ ਪਤੀ ਹੈ ਇਹ ਕਾਬਲ ਦਾ ਰਾਜਾ ਕਾਬਲ ਦਾ ਸੈਨਾਪਤੀ ਇਸ ਨੂੰ ਬਣਾ ਦਿੰਦਾ ਇਹ ਬਖਸ਼ਿਸ਼ ਵਾਲੇ ਬਜਰ ਮਹਾਰਾਜ ਸਾਹਿਬ ਨਹੀਂ ਜਾਂਦੇ ਬਾਕੀ ਇਹ ਗੁਰੂ ਕੋ ਕਾਬਲ ਦਾ ਸੂਬੇਦਾਰ ਜਾ ਕੇ ਬਣ ਗਿਆ ਸੋ ਜਿਵੇਂ ਭਗਵਾਨ ਰਾਮ ਚੰਦਰ ਦੀਆਂ ਦੇ ਕੋਲ ਵਿਛੜ ਦੀ ਆਏ ਆ ਕੇ ਨਮਸਕਾਰ ਕੀਤੀ ਹੈ ਰਾਜਭਾਗ ਦਾ ਮਾਲਕ ਬਣਿਆ ਸੋ ਇਹ ਬਚਨ ਹੁੰਦੇ ਨੇ ਸਤਿਪੁਰਖਾਂ ਦੇ ਮੂੰਹ ਤੋਂ ਨਿਕਲ ਜਾਣ ਉਸ ਵੇਲੇ ਪੂਰੇ ਹੋ ਜਾਂਦੇ ਸੋ ਕਰਮ ਖੰਡ ਕੀ ਬਾਣੀ ਜੋਰ ਹੋਰ ਨਾ ਕੋਈ ਉਪਰ ਜਿਹੜੇ ਅਸੀਂ ਵਸਤਾ ਵਾਲੇ ਗੁਰਮੁਖ ਨੇ ਉਹਨਾਂ ਦੇ ਬਚਨਾਂ ਦੇ ਸਾਹਮਣੇ ਕੋਈ ਬਚਨ ਕਿਸੇ ਦਾ ਟਿਕ ਨਹੀਂ ਸਕਦਾ ਕੋਈ ਆਦਮੀ ਟਿਕ ਨਹੀਂ ਸਕਦਾ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤਿਉ ਮਾਲ ਕੀ ਕਾਬਲ ਸਾਰੀ ਮੈਂ ਤੇ ਕਾਬਲ ਸੂਬੇ ਦੀ ਸਾਰੀ ਸੂਬੇਦਾਰੀ ਇਹਨੂੰ ਦੇ ਦਿੱਤੀ ਹੈ ਇਹ ਸਾਡੀ ਸ਼ਰਨ ਵਿੱਚ ਆਇਆ ਇੱਕ ਮੁਸਲਮਾਨ ਵਿਅਕਤੀ ਗੁਰੂ ਸ਼ਰਨ ਵਿੱਚ ਆਇਆ ਸੂਬੇਦਾਰੀ ਲੈ ਗਿਆ ਤੇ ਗੁਰੂ ਕਿਹਾ ਸਿੱਖਾ ਤੂੰ ਤੇ ਗੁਰੂ ਦਾ ਬੱਚਾ ਹੈ ਜੇ ਤੂੰ ਸ਼ਰਨ ਵਿੱਚ ਆਵੇ ਤੈਨੂੰ ਮਹਾਰਾਜ ਕੀ ਦੇ ਸਕਦੇ ਨੇ ਪਰ ਤੈਨੂੰ ਸ਼ਰਨ ਵਿੱਚ ਨਹੀਂ ਆਉਣਾ ਆਉਂਦਾ ਤੂੰ ਬੰਬੇ ਹੰਕਾਰ ਦੇ ਵਿੱਚ ਭੱਜ ਜਾਂਦਾ ਤੈਨੂੰ ਸ਼ਰਨ ਗ੍ਰਹਿਣ ਕਰਨੀ ਨਹੀਂ ਆਉਂਦੀ ਤਾਂ ਖਾਲੀ ਰਹਿ ਗਿਆ ਸਤਿਗੁਰੂ ਪਾਤਸ਼ਾਹ ਕਹਿੰਦੇ ਇਹਨੂੰ ਅਸੀਂ ਕਾਬਲ ਦਾ ਸੂਬੇਦਾਰ ਬਣਾ ਦਿੱਤਾ ਹੈ ਇਹ ਬਾਦਸ਼ਾਹੀ ਅੱਜ ਇਸ ਨੂੰ ਅਸੀਂ ਬਖਸ਼ਿਸ਼ ਕੀਤੀ ਹੈ ਇਹ ਉਮਰਾਵ ਕਰਾਂ ਤੇ ਨਮਾਰੀ ਤੇ ਮਹਾਰਾਜ ਕਹਿੰਦੇ ਤੁਰਕਾਂ ਨੂੰ ਮਾਰਾਂਗੇ ਆਉਣ ਵਾਲੇ ਬੱਚੇ ਨੇ ਮਰੇ ਨਹੀਂ ਹਾਲੇ ਮੁੰਡਾ ਪਿਆ ਲਲਾ ਦੇ ਸਤਿਗੁਰੂ ਕਹਿੰਦੇ ਤੁਰਕਾਂ ਨੂੰ ਮਾਰ ਕੇ ਤੇ ਤੁਰਕਾਂ ਦੀ ਫੌਜ ਦਾ ਲਲਾ ਦੇ ਜਿਹੜਾ ਜਰਨੈਲ ਹੈ ਕਾਬਲ ਦਾ ਸੂਬੇਦਾਰ ਹੈ ਉਹਨੂੰ ਮਾਰ ਕੇ ਜਦੋਂ ਕਾਬਲ ਦੀ ਸੂਬੇਦਾਰੀ ਖਾਲੀ ਹੋ ਜਾਏਗੀ ਫਿਰ ਇਹਨੂੰ ਅਸੀਂ ਉਸੇ ਸੂਬੇਦਾਰੀ ਤੇ ਬਿਠਾਵਾਂਗੇ ਉਹਨੇ ਇਹ ਗੱਲ ਸੁਣੀ ਕਹਿਣ ਲੱਗਾ ਮੇਰੇ ਦੁਸ਼ਮਣ ਦੀ ਤਾਰੀਫ਼ ਔਰ ਮੈਨੂੰ ਕਿਉਂ
ਵਾਸਤੇ ਕਹਿੰਦਾ ਲੱਤ ਮਾਰੀ ਆਪਣੇ ਭਰਾ ਨੂੰ, ਵਿਚਾਰਾ ਡਿੱਗ ਪਿਆ ਕੁਰਸੀ, ਪੱਗ ਲੈ ਕੇ ਤਾਜ ਲੈ ਗਿਆ। ਇਸ ਗੱਲ ਦਾ ਬੜਾ ਦੁੱਖ ਹੋਇਆ ਵੀ ਭਰੀ ਹੋਈ ਸਭਾ ਦੇ ਵਿੱਚ ਮੇਰੀ ਪੱਗ ਲਾਈ ਹੈ, ਮੈਨੂੰ ਸੁੱਟਿਆ ਹੈ, ਮੇਰੀ ਨਰਾਦਰੀ ਕੀਤੀ ਹੈ। ਇਹ ਫਿਰ ਗੁੱਸਾ ਲੈ ਕੇ ਪੱਗ ਹੱਥ ਵਿੱਚ ਫੜ ਕੇ ਲੰਕਾ ਤੋਂ ਚੱਲਿਆ ਤੇ ਸਮੁੰਦਰ ਤੋਂ ਬਾਹਰ ਆ ਕੇ ਸਮੁੰਦਰ ਦੇ ਕੰਢੇ ਰਾਮ ਨੂੰ ਮਿਲਿਆ। ਤੇ ਉਸ ਵੇਲੇ ਜਦੋਂ ਆਇਆ, ਰੋ ਕੇ ਸਾਰਾ ਹਾਲ ਦੱਸਿਆ, ਉਹਨਾਂ ਨੇ ਉਹ ਪੱਗ ਨੂੰ ਤਾਜ ਉਹਦੇ ਸਿਰ ਤੇ ਰੱਖਿਆ, ਕਹਿਣ ਲੱਗੇ ਤੈਨੂੰ ਲੰਕਾ ਦਾ ਰਾਜਾ ਬਣਾਉਣਾ। ਇਹ ਵਚਨ ਕਰਕੇ ਉਹਨਾਂ ਨੇ ਫਿਰ ਲੰਕਾ ਦਾ ਰਾਜਾ ਬਣਾਇਆ। ਸੋ ਕਹਿਣ ਲੱਗੇ ਇਸ ਤਰ੍ਹਾਂ ਸੋ ਰਘਵਰ ਨੇ ਸ਼੍ਰੀ ਰਾਮ ਦੀਆਂ ਨੇ ਬਖਸ਼ਿਸ਼ਾਂ ਕੀਤੀਆਂ। ਸਾਹਿਬ ਦੀ ਧਰਤੀ ਤੇ
25 ਤਰੀਕ ਰਾਤ ਨੂੰ 8 ਵਜੇ ਬੱਸਾਂ ਜਾਣਗੀਆਂ ਆਪਣੇ ਇਸ ਸਥਾਨ ਤੋਂ। ਰਾਤ ਨੂੰ ਕੀਰਤਨ ਦਰਬਾਰ ਹੋ ਰਹੇ ਨੇ ਉਹ ਸਰਵਨ ਕਰਨ ਵਾਸਤੇ ਇਹਨਾਂ ਸੰਗਤਾਂ ਨੇ।